ਜਿੱਥੇ ਪੂਰੇ ਦੇਸ਼ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਹਫ਼ਤਿਆਂ ਦਾ ਲੋਕਡਾਊਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ ਅਤੇ ਪੰਜਾਬ ਸਰਕਾਰ ਵੀ ਨਾ ਮੁਰਾਦ ਬਿਮਾਰੀ ਨੂੰ ਲੈ ਕੇ ਪੂਰੀ ਚੌਕਸ ਦਿਖਾਈ ਦੇ ਰਹੀ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਅੰਦਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਲ ਨਹੀਂ ਆਣੀ ਚਾਹੀਦੀ ਉਨਾ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੁਹਾਡੇ ਘਰ ਘਰ ਜਾ ਕੇ ਜ਼ਰੂਰੀ ਵਸਤਾਂ ਦਾ ਸਮਾਨ ਪਹੁੰਚਾਏਗਾ। ਪੰਜਾਬ ਸਰਕਾਰ ਇਸ ਨਾਮੂਰਤ ਬਿਮਾਰੀ ਦੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ। ਔਰ ਉਸ ਦੇ ਨਾਲ ਦੁਨੀਆ ਸਾਰੀ ਡਰੀ ਹੋਈ ਹੈ। ਬਦਕਿਸਮਤੀਆ ਕਿ ਹਿੰਦੁਸਤਾਨ ਚ ਵੀ ਇਹਨੇ ਪੈਰ ਪਸਾਰੇ ਨੇ। 2-2 4-4 ਕੇਸ ਪੋਜ਼ਿਟਿਵ ਸਾਰੀ ਸਟੇਟਾਂ ਚ ਆਏ ਨੇ ਇਹਨੂੰ ਮੁਦੇ ਨਜ਼ਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਵੱਡਾ ਤੇ ਕਰੜਾ ਫੈਸਲਾ ਲਿਆ ਕਰਫੂ ਦਾ ਤਾਂ ਕਿ ਲੋਕ ਆਪਣੇ ਘਰਾਂ 'ਚ ਰਹਿਣ ਇੱਕ ਦੂਜੇ ਦੇ ਹੱਥ ਲਾ ਕੇ ਅਤਨੌਣ ਵਾਲੀ ਬਿਮਾਰੀ ਅੱਗੇ ਕਿਸੇ ਨਾ ਕਿਤੇ ਵਧ ਗਈ ਤਾਂ ਫਿਰ ਸੰਭਾਲਣਾ ਮੁਸ਼ਕਲ ਹੋਏਗਾ ਇਹ ਲੋਕਾਂ ਦੀ ਹੈ ਪਹਿਲਾਂ ਜਾਨ ਫਿਰ ਜਹਾਨ ਹੈ ਆਪਣੇ ਬੱਚਿਆਂ ਦੀ ਆਪਣੀ ਜਾਨ ਬਚਾਈਏ ਦੇਸ਼ ਤਾਂ ਬਚ ਸਕਦਾ ਹੈ ਔਰ ਅੱਜ ਮੈਂ ਪਾਸੋਂ ਤੇ ਨਾ ਵੀ ਵਿਖੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ। ਔਰ ਕਿਹਾ ਕਿ ਇਕ ਤਾਂ ਲੋਕ ਕਿਤੇ ਇਕੱਠੇ ਨਾ ਹੋ। ਆਪਣੇ ਘਰਾਂ ਚ ਰਹਿਣ ਦੇਖਰ ਇਹ ਵੀ ਹੈ ਲੋਕ ਇਕੱਠੇ ਵੀ ਨਾ ਹੋਣ ਤੇ ਲੋਕ ਭੁੱਖੇ ਵੀ ਨਾ ਮਰਨ। ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਸਾਰੇ ਇੰਤਜ਼ਾਮ ਕੀਤੇ ਨੇ ਕਿ ਦੁੱਧ ਵਾਲਾ ਜਿਹੜਾ ਘਰ-ਘਰ ਜਾ ਕੇ ਵੇਚੇ। ਲਾਈਨ ਲਗਾ ਕੇ ਇੱਕ ਜਗ੍ਹਾ ਨਾ ਖੜ ਕੇ ਵੇਚੇ। ਜਿਹਨੂੰ 1 ਲੀਟਰ ਦੀ ਲੋੜਾ ਘਰੇ ਜਾ ਕੇ ਕੁੰਡਾ ਖੜਕਾਏ ਉਹਨੂੰ ਜਿੰਨਾ ਲੋੜਾ ਦੁੱਧ ਆਪਣਾ ਲੈ ਲੈ। ਸਬਜ਼ੀ ਵਾਲਾ ਉਦੇ ਪਾਸ ਬਣੇ ਹੋਣਗੇ ਸਬਜ਼ੀ ਵਾਲਾ ਇੱਕ ਘਰ ਕੋਲ ਜਾਏਗਾ ਔਰ ਘਰੇ ਜਾ ਕੇ ਸਬਜ਼ੀ ਦੇ ਕੇ ਆਏਗਾ ਦਵਾਈ ਦਾ ਵੀ ਇਦਾਂ ਹੀ ਆ ਔਰ ਸਾਰਾ ਖਾਣ ਪੀਣ ਦਾ ਕਰਿਆਨੇ ਦਾ ਸਮਾਨ ਹੈ ਕਿੰਨਾ ਕਿਸੇ ਨੂੰ ਚਾਹੀਦਾ ਅਸੀਂ ਪਛਾਣ ਪੱਤਰ ਦਿੱਤੇ ਨੇ ਤੇ ਤਾਂ ਕਿ ਕਿਸੇ ਨੂੰ ਕਿਸੇ ਦੀ ਦਿੱਕਤ ਨਾ ਹੋਵੇ ਪਾਣੀ ਇਹ ਹਰਾ ਚਾਰਾ ਹੈ ਇਹ ਸਾਰੀ ਇਹ ਚੀਜ਼ਾਂ ਸੀ ਬੰਦ ਨਹੀਂ ਹੋਣ ਦੇਣੀਆਂ ਪਰ ਕੱਟ ਵੀ ਨਹੀਂ ਹੋਣ ਦੇਣਾ ਨਾਬਾ ਤੋਂ ਸੁਖਚੈਨ ਸਿੰਘ ਜੀਵੇ ਪੰਜਾਬ ਟੀਵੀ